हेलो गाइस, माय नेम इज कुलदीप सिंह। तो गाइस अपन जब व्लॉग स्टार्ट करते हैं ते ये गाइस मेरा मासीला मुंडा, हेलो गाइस, इधर नाम है गाइस जोबन। तो गाइस ये जोबन है। तो गाइस चलो ये रहा गाइस, माय नेम इज कुलदीप सिंह। ते एम गाइस मेरी सिस्टर ते निमर। तेरा नाम क्या है? निमर कटला। ते तेरा पिंड केड़ा है? बुलर। ते गाइस ये बहुत ज्यादा स्थान है ते। हेलो गाइस, ये देख बहुत ज्यादा स्थान है ते। आ खोल इथे देख। निमर तू की कर रही है? मेकअप कर रही है। देखो करी मेकअप। ये देखो गाइस बड़ी ज्यादा स्थान है। ਤੇ ਅੱਜ ਦਾ ਵਲੋਗ ਆਪਾਂ ਹਾਊਸ ਵਲੋਗ ਬਣਾਵਾਂਗੇ ਜੀ। ਤੇ ਗਾਈਸ ਇਹ ਆਇਆ ਹੋਇਆ ਸੀਗਾ, ਕੱਲ ਆਇਆ ਸੀ ਇਹ ਇਹਦਾ ਨਾਮ ਸਤਿੰਦਰ। ਤੇ ਚਲੋ ਗਾਈਸ ਆਪਾਂ ਬਾਹਰ ਜਾਂਦੇ ਆ। ਹੈਲੋ ਗਾਈਸ, ਇਹ ਬਹੁਤ ਜ਼ਿਆਦਾ ਸਥਾਨ ਹੈ ਜੀ। ਹੈਲੋ ਗਾਈਸ, ਇਸੇ ਤਰ੍ਹਾਂ ਵਲੋਗ ਸਟਾਰਟ ਕਰਦੇ ਆ। ਦੇਖੋ ਗਾਈਸ ਹਮਨੇ ਇਸਕੋ ਬਹੁਤ ਕੁੱਟਾ ਹੈ, ਜਿਸ ਕਰ ਮਾਲ ਵੀ ਨੀਚੇ ਗਿਰ ਗਿਆ। ਥੱਪੜ ਮਾਰਾ ਹਮਨੇ ਇਸਕੋ, ਚੱਪਲਾਂ ਪਾਣੀ ਮਰਤ। अरे कोई तो हाले भी रुकड़ी इसके लेके जा रही। ओ देखो आ देखो। ओ देखो देखो जेरा मुंह बन गया जी हुण। हां जी ते गाइस ओ एम मेरी बीबी। ਹੁਣ ਵੀ ਮੇਬੀ ਮੇਰੇ ਤੋਂ ਫੋਨ ਮੰਗ ਰਹੀ ਆਂਦੀ ਮੈਨੂੰ ਦੇ। ਆ ਦੇਖੋ ਤੇ ਗਾਈਸ ਤੇ ਅੱਜ ਤੇ ਗਾਈਸ ਤੁਹਾਨੂੰ ਹਾਊਸ ਸਾਨੂੰ ਸਰ ਸਾਰਾ ਦਿਖਾਉਂਦੇ ਹਾਂ। ਮੈਂ ਗਾਈਸ ਉੱਪਰ ਸੀ ਤੇ ਚਲੋ ਗਾਈਸ ਇਸਕੇ ਦੇਖੋ ਦੇਖੋ तो गाइस ये है बेडरूम और गाइस स्टोर रूम है ना। शहर का नाम मतलब पड़ा लगता है कोई। वो खाते हैं लोग। आप तो सिर्फ खाना खाते ही हो। ये है दूसरा बेडरूम। चप्पल मार ला जी। डाइनिंग रूम। किचन गाइस। ये गाइस तुम अपने ओल्ड हाउस च लेके जाना। ये गाइस बाहर बहुत ही ज्यादा धूप है। ये रहा गाइस अपना साइकिल। आखड़े अपना ट्रैक्टर सोनालिका। ते गाइस ये है साडा ओल्ड रूम, ओल्ड हाउस है अगर साडा। और पहला तो साडा किचन सी। ये इच ये मेरी दादी दा रूम सी। ये साडा रूम सी। ये मेरे दादा जी दा रूम सी। ते गाइस ये बरांडा। ये गाइस ओल्ड ਹਾਊਸ ਹੈ। ਤੇ ਔਰ ਇਹ ਗਾਈਸ ਸਾਡਾ ਨਿਊ ਹਾਊਸ ਜਿਹਦੇ ਤੇ ਦੋ ਝੰਡੇ ਲੱਗੇ ਹੋਏ ਆ। ਇਹ ਸਾਡੀ ਅਸੀਂ ਹੁਣੀ ਪਾਈ ਸੀ ਵਾਲੀ ਕੋਠੀ ਗਾਈਸ ਦੇ। ਤੇ ਗਾਈਸ ਇਹ ਹੈ ਗਾਈਸ ਸਾਡੀ ਕੋਠੀ ਜਿਹੜੀ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਰਿਹਾ। ਚਲੋ ਗਾਈਸ ਆਪਾਂ ਉੱਪਰ ਜਾਂਦੇ ਹਾਂ, ਹੁਣ ਤੁਹਾਨੂੰ ਉੱਪਰ ਦਿਖਾਉਂਦੇ ਹਾਂ। ਗਾਈਸ ਇੱਥੋਂ ਜ਼ਿਆਦਾ ਕਲੀਅਰ ਨਹੀਂ ਦਿਖ ਰਿਹਾ ਗਾਈਸ। ਤੇ ਚਲੋ ਗਾਈਸ ਬੈਡਰੂਮ ਇੱਕ ਹੋਰ। ਇਹ ਰਿਹਾ ਗਾਈਸ ਓਲਡ ਹਾਊਸ।
ਆਖੋ ਗਾਇਸ ਫੁੱਟਬਾਲ ਨਾਲ ਖੇਡਣ ਲੱਗ ਗਏ ਤੇ ਆ ਗਏ ਹੁਣ ਫੇਰ ਕੱਢ ਰਹੀ ਹੈ ਚੱਲਦਾ ਨਹੀਂ ਉੱਤੋਂ ਗਾਇਸ ਇਸ ਤਰ੍ਹਾਂ ਚਲੋ ਗਾਇਸ ਜੋ ਮੈਨੂੰ ਬੂਹਾ ਬੰਦ ਕਰ ਪਹਿਲਾਂ ਜਾ ਰਹੀ ਅੱਗੇ ਜਾ ਰਿਹਾ ਪਿੱਛੇ ਮਹਾਨ ਬੰਦਾ ਸਾਡਾ ਬੋਲੀ ਪੁੱਟ ਕੇ ਛੱਡਾ ਆਪਣਾ ਹੀ ਕਰ ਪਤੰਗਾਂ ਲਾਉਣ ਲੱਗ ਗਈ ਦੇਖੋ ਨਿਮਰਤ ਨੂੰ ਇੱਥੇ ਰੱਖ ਦੇਣਾ ਤੂੰ ਇੱਕ ਹੀ ਲੈ ਲੈ ਇੱਕ ਲੈ ਲੈ ਬਸ ਆਹ ਵਾਲਾ ਲੈ ਲੈ ਇੱਕ ਪਤੰਗ ਉੱਡਦਾ ਨੀ ਡਾਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਹਾਂ ਉੱਡਦੇ ਜੇ ਉੱਡਦਾ ਇਹ ਦੇਖੋ ਗਾਈ ਦੋ ਦੇਖੋ ਦੇਖੋ ਇਹ ਕੰਧ ਚ ਵੱਜੂਗੀ ਜਾ ਕੇ ਮੋਲੀ ਵੱਟ ਦੇ ਸੱਟਾਂ ਚਰਚਾ ਹਾਈ ਨੂੰ ਬੋਲਦੀ ਇੱਕ ਸਾਉਣ ਚੁੰਨਣ ਆਉਂਦਾ ਝੰਡਾ ਜੀ ਅਤੇ ਗਾਈਜ ਅੱਜ ਦਾ ਬਲੋਗ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਅਤੇ ਗਾਈਜ ਇਹ ਸਾਡਾ ਪਿੰਡ ਸਾਈ ਨੂੰ ਬੋਲਦੀ ਧੁੱਪ ਹੈ ਗਾਈਜ ਕਾਲਾ ਦਿਖਦਾ ਅਤੇ ਚਲੋ ਗਾਈਜ ਆਪਾਂ ਇਹ ਬਲੋਗ ਇੱਥੇ ਹੀ ਖਤਮ ਕਰਦੇ ਹਾਂ ਓਕੇ ਬਾਏ ਗਾਈਜ਼